ਕਾਫੀ ਲਾਗੂ ਹੋ ਗਿਆ ਜਿਹੜੇ ਬੱਚੇ ਅੰਡਰੇਜ ਨੇ ਜਿੱਦਾਂ ਇਹ ਬੱਚੇ ਨੇ ਉਹਨਾਂ ਦੇ ਮਾਪਿਆਂ ਨੂੰ 3 ਸਾਲ ਦੀ ਕੈਦ ਅਤੇ 25,000 ਰੁਪਇਆ ਜੁਰਮਾਨਾ ਹੋਵੇਗਾ। ਠੀਕ ਹੈ ਜੀ, ਅਸੀਂ 31 ਤਰੀਕ ਤੱਕ ਸਮਝਾ ਰਹੇ ਹਾਂ, ਉਸ ਤੋਂ ਬਾਅਦ ਚਲਾਨ ਕੱਟਾਂਗੇ ਅਤੇ ਉਹ 7 ਦਿਨ ਨਾਲ ਕਾਨੂੰਨ ਲਾਗੂ ਹੋਊਗਾ ਵੀ ਇੱਦਾਂ ਕਿਉਂਕਿ ਤੁਸੀਂ ਨਹੀਂ ਚਲਾਉਣਾ। ਜਦੋਂ ਕਿ 18 ਸਾਲ ਦੇ ਹੁੰਦੇ ਹੋ ਲਾਇਸੈਂਸ ਬਣਾ ਕੇ ਫੇਰ ਹੀ ਚਲਾਉਣਾ, ਉਸ ਨੂੰ ਹਲਕੇ ਦੇ ਨਾਮ ਦਿਓ, ਇਹ ਕਾਰਵਾਈ ਹੋਊਗੀ ਸਾਰਿਆਂ ਦੀ। ਠੀਕ ਹੈ, ਜੇ ਮੰਗ ਕੇ ਵੀ ਲਾਉਂਦਾ ਕੋਈ ਆਪਣਾ ਵਹੀਕਲ ਹੈ ਤਾਂ ਉਹਦੇ 'ਤੇ ਕਾਰਵਾਈ ਹੋਊਗੀ ਜਿਹੜਾ ਉਹਦਾ ਮਾਲਕ ਹੈ। ਤੁਸੀਂ ਬੱਚੇ ਨੂੰ ਕਿਉਂ ਦਿੱਤਾ? ਹਾਂ, ਸਾਰਿਆਂ ਨੂੰ ਘਰੇ ਜਾ ਕੇ ਦੱਸਣਾ ਹੋ ਰਿਹਾ। ਠੀਕ ਹੈ, ਉੱਥੇ ਛੋਟੇ ਬੱਚੇ ਕੂੜੇ ਭਜਾਉਂਦੇ ਨੇ ਮੋਟਰ ਸਕੂਟਰ, ਇਹ ਕਿੰਨੀ ਸਪੀਡ ਹੈ, ਕਿਹੜਾ ਨੁਕਸਾਨ ਹੁੰਦਾ। ਠੀਕ ਹੈ, ਹਾਂ ਬੇਟੇ ਅੱਗੇ ਤੋਂ ਚਲਾਉਣਾ ਨਹੀਂ ਇਹ। ਹਾਂ ਸਮਝ ਲਿਓ, ਸਮਾਰਕ ਗੱਲ ਮਾਂ ਬਾਪ ਨੂੰ ਸਜ਼ਾ ਦਾ, ਮਾਂ ਬਾਪ ਨੂੰ ਸਜ਼ਾ ਹੋਣੀ ਹੈ। ਹਾਂ, ਤੁਹਾਡਾ ਭਵਿੱਖ ਦਾ ਖਰਾਬ ਹੋਏਗੀ, ਸਜ਼ਾ ਹੋਊਗੀ, ਨਾ ਕੋਈ ਨੌਕਰੀ ਮਿਲਣੀ ਹੈ, ਨਾ ਕਿਤੇ ਬਾਹਰ ਚੁੱਕ ਜਾ ਸਕਦੇ। ਠੀਕ ਹੈ, ਹਾਂ ਇਹ ਸਖਤੀ ਨਾਲ ਲਾਗੂ ਹੋਣਾ ਕਾਨੂੰਨ। ਕੋਈ ਦੋਸਤੋ, ਇਹ ਸਨ ਟ੍ਰੈਫਿਕ ਇੰਚਾਰਜ ਘਨੌਰ ਕਰਨੈਲ ਸਿੰਘ, ਜਿਨ੍ਹਾਂ ਨੇ ਨਹਿਰ ਦੇ ਪੁਲ ਦੇ ਉੱਤੇ ਜਿਹੜੇ ਸਕੂਲੀ ਬੱਚੇ ਹੈਗੇ ਆ ਜਾਂ ਬੱਚੇ ਵਹੀਕਲ ਜਿਹੜੇ ਚਲਾਉਂਦੇ ਪਏ ਸੀਗੇ, ਇੱਥੋਂ ਇਹਨਾਂ ਨੂੰ ਰੋਕ ਕੇ ਜਾਗਰੂਕ ਕੀਤਾ ਅਤੇ ਜਿਹੜੇ ਨਵੇਂ ਕਾਨੂੰਨ ਆਏ ਹੈ ਉਹਨਾਂ ਬਾਰੇ ਜਾਗਰੂਕ ਕੀਤਾ। ਇੱਕ ਮਿੰਟ ਆਪਾਂ ਵੀ ਗੱਲ ਕਰਦੇ ਹਾਂ ਸਰ, ਇੱਕ ਮਿੰਟ ਵਾਸਤੇ ਸਾਨੂੰ ਵੀ ਦੱਸੋ ਵੀ ਤੁਸੀਂ ਕੀ ਸਮਝਾਇਆ ਜੀ ਬੱਚਿਆਂ ਨੂੰ? ਅਸੀਂ ਜਿਹੜੇ ਅੰਡਰੇਜ ਬੱਚੇ ਮੋਟਰ ਸਕੂਟਰ 'ਤੇ ਜਾ ਰਹੇ ਸੀ, ਉਹਨਾਂ ਨੂੰ ਇਹੀ ਦੱਸਿਆ ਵੀ 31 ਸੱਤ ਤੱਕ ਅਸੀਂ ਤੁਹਾਨੂੰ ਸਮਝਾਵਾਂਗੇ, ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ। ਸਰ ਜਿਹੜੇ ਸਕੂਲੀ ਬੱਚੇ ਇੱਥੇ ਘਨੌਰ ਦੇ ਵਿੱਚ ਆਉਂਦੇ ਆ ਸਕੂਟਰ ਮੋਟਰਸਾਈਕਲ ਲੈ ਕੇ, ਉਹਨਾਂ 'ਤੇ ਵੀ ਜੀ? ਹਾਂਜੀ ਹਾਂਜੀ, ਸਾਰਿਆਂ 'ਤੇ ਕਾਰਵਾਈ ਹੋਊਗੀ। ਇਹਦੀ ਕੋਈ ਡੇਟ ਮਿੱਥੀ ਹੋਈ ਹੈ? ਇੱਕ 8 ਤੋਂ, ਹਾਂਜੀ 1 8 ਤੋਂ ਜੀ, ਉਸ ਤੋਂ ਬਾਅਦ ਕਾਰਵਾਈ ਜੀ। ਹਾਂਜੀ ਜੀ, ਥੈਂਕ ਯੂ ਸਰ।